ਫਿਰ ਪਤਾ ਨਹੀਂ ਲਾਲੀ ਨੂੰ ਕੀ ਖਿਆਲ ਆਇਆ, ਉੱਠ ਕੇ ਕਿਚਨ ਨਾਲ ਤੁਰ ਪਿਆ। ਮੈਂ ਆਪਣਾ ਸਿਰ ਝਟਕਿਆ ਅਤੇ ਫਿਰ ਮੈਂ ਵੀ ਕੰਮ ਲੱਗ ਗਿਆ। ਸ਼ਾਮ ਪਈ ਨੂੰ ਮੈਂ ਚਿੱਠੀਆਂ ਦੀ ਡਰਾਫਟਿੰਗ ਤੋਂ ਵਿਹਲਾ ਹੋਇਆ ਤਾਂ ਉਹ ਮੇਰੇ ਕੋਲ ਆ ਕੇ ਬਹਿ ਗਿਆ। ਪਹਿਲਾਂ ਤਾਂ ਮੈਂ ਡੋਲ ਚੁੱਪ ਕਰਕੇ ਬੈਠਾ ਸਿਗਰਟ ਪੀਂਦਾ ਰਿਹਾ, ਫਿਰ ਮੇਰੇ ਤੋਂ ਰਿਹਾ ਨਾ ਗਿਆ। ਮੈਂ ਉਹਨੂੰ ਆਪ ਹੀ ਬੁਲਾਇਆ, ਹਾਂ ਲਾਲੀ ਕੁਝ ਮੂਡ ਠੀਕ ਹੋਇਆ ਤੇਰਾ? ਉਸ ਵੇਲੇ ਲਾਲੀ ਮੇਜ਼ ਵੱਲ ਪਿਆ ਤੱਕਦਾ ਸੀ, ਮੇਰੀ ਆਵਾਜ਼ ਸੁਣ ਕੇ ਮੇਰੇ ਵੱਲ ਅੱਖਾਂ ਚੁੱਕੀਆਂ ਸੂ ਅਤੇ ਸਿਰ ਹਿਲਾਉਂਦਾ ਆਖਣ ਲੱਗਾ, ਅੰਕਲ ਤੁਹਾਨੂੰ ਦੱਸਣ ਪਿੱਛੋਂ ਮੇਰਾ ਜੀ ਠੀਕ ਹੋ ਗਿਆ, ਨਹੀਂ ਤਾਂ ਮੇਰੇ ਤੋਂ ਤਾਂ ਕੋਈ ਕੰਮ ਹੀ ਨਹੀਂ ਸੀ ਪਿਆ ਹੁੰਦਾ। ਲਾਲੀ ਇਹ ਦੱਸ, ਤੇਰਾ ਪਿਓ ਸੱਚੀ ਮੁੱਚੀ ਭੈੜਾ ਬੰਦਾ ਹੈ? ਲਾਲੀ ਸੋਚੀ ਪੈ ਗਿਆ, ਜਿਵੇਂ ਸਮਝ ਨਾ ਆਉਂਦੀ ਪਈ। ਉਸ ਬੋਲਦਾ ਨਹੀਂ ਲਾਲੀ, ਭੈੜੇ ਚੰਗੇ ਦਾ ਤਾਂ ਪਤਾ ਨਹੀਂ ਅੰਕਲ, ਬਸ ਇਹ ਹੈ ਕਿ ਮੇਰਾ ਅੱਬਾ ਪਾਊਡਰ ਪੀਂਦਾ, ਰਕਸ਼ਾ ਚਲਾ ਕੇ ਪੈਸੇ ਕਮਾਉਂਦਾ, ਉਹਨਾਂ ਵਿੱਚੋਂ ਹੀ ਪਾਊਡਰ ਪੀਂਦਾ। ਕਦੀ ਕਦੀ ਮੇਰੀ ਅੰਮੀ ਨੂੰ ਵੀ ਕੋਈ ਦੇ ਛੱਡਦਾ, ਘਰੋਂ ਮੰਗਦਾ ਕੁਝ ਨਹੀਂ। ਕਦੀ ਹੁੰਦਾ ਜਦੋਂ ਗੱਡੀ ਦਿੱਤੀ ਹੁੰਦੀ ਸੀ ਉਦੋਂ ਮੇਰੀ ਅੰਮੀ ਦੇ ਆਣ ਦੁਆਲੇ ਹੁੰਦਾ, ਅੰਮੀ ਵੀ ਪੈਸੇ ਨੂੰ ਹਵਾ ਨਹੀਂ ਲੱਗਣ ਦਿੰਦੀ, ਮਾਰ ਖਾ ਲੈਂਦੀ ਏ, ਗਾਲਾਂ ਸੁਣ ਲੈਂਦੀ ਏ, ਪਰ ਪੈਸਾ ਦੇ ਜਾਵੇ ਸਵਾਲ ਹੀ ਪੈਦਾ ਨਹੀਂ ਹੁੰਦਾ। ਇੱਕੋ ਗੱਲ ਆਉਂਦੀ ਰਹਿੰਦੀ, ਮੇਰੇ ਫੋਏ ਫੋਏ ਜਿਹੜੇ ਬਾਲਾਂ ਦੀ ਕਮਾਈ ਏ ਤੈਨੂੰ ਦੇ ਦੇਵਾਂ ਅਤੇ ਉਹਨਾਂ ਦੀ ਰੋਟੀ ਕਿੱਥੋਂ ਚਲਾਵਾਂ? ਲਾਲੀ ਵੇਰਵੇ ਨਾਲ ਦੱਸਿਆ, ਤੇਰਾ ਕੋਈ ਹੋਰ ਭਰਾ ਵੀ ਹੈ ਲਾਲੀ? ਹਾਂ ਅੰਕਲ, ਮੇਰੇ ਤੋਂ ਛੋਟੇ ਦੋ ਭਰਾ ਨੇ, ਫਿਰ ਦੋ ਨਿੱਕੀਆਂ ਭੈਣਾਂ ਸੂਈਆਂ ਜਿਹੀਆਂ। ਅਸੀਂ ਤਿੰਨੇ ਭਰਾ ਪੜ੍ਹਨੇ ਵੀ ਹਾਂ ਅਤੇ ਕੰਮ ਵੀ ਕਰਨੇ, ਸਾਰੇ ਪੈਸੇ ਅੰਮੀ ਨੂੰ ਦੇਣੇ ਆ, ਉਹ ਆਪ ਵੀ ਸਿਲਾਈ ਕਢਾਈ ਕਰਦੀ ਏ। ਅੰਕਲ ਮੇਰੀ ਅੰਮੀ ਨੂੰ ਟੀ ਬੀ ਹੋ ਗਈ ਹੋਈ ਹੈ, ਰਾਤ ਨੂੰ ਜਿਸ ਵੇਲੇ ਖੰਘਦੀ ਹੈ ਨਾ ਤਾਂ ਉਹਦਾ ਕੋਈ ਹਾਲ ਨਹੀਂ ਰਹਿੰਦਾ, ਉਸ ਵੇਲੇ ਮੇਰਾ ਦਿਲ ਬਹੁਤ ਖਰਾਬ ਹੁੰਦਾ, ਅੰਕਲ ਮੇਰੇ ਕੋਲੋਂ ਵੇਖਿਆ ਨਹੀਂ ਜਾਂਦਾ। ਲਾਲੀ ਦੇ ਮੂੰਹ 'ਤੇ ਫਿਰ ਪੀੜ ਦੇ ਪਰਛਾਵੇਂ ਜਾਗਣ ਲੱਗ ਪਏ। ਤੇਰਾ ਅੱਬਾ ਸ਼ੁਰੂ ਤੋਂ ਪਾਊਡਰ ਪੀਂਦਾ ਲਾਲੀ? ਨਹੀਂ ਅੰਕਲ, ਮੇਰਾ ਅੱਬਾ ਤਾਂ ਨੌਕਰੀ ਕਰਦਾ ਸੀ ਓਮਨੀ ਬੱਸਾਂ ਦੇ ਮਹਿਕਮੇ 'ਚ, ਮਾਰਸ਼ਲਾ ਲੱਗਾ ਅਤੇ ਉਹਨੂੰ ਨੌਕਰੀਆਂ ਛੁੱਟੀ ਹੋ ਗਈ, ਪਿਪਲੀਆ ਸੀ ਨਾ ਇਸ ਕਰਕੇ, ਨਾਲੇ ਯੂਨੀਅਨ 'ਚ ਸੀ, ਪੁਲਿਸ ਉਹਦੇ ਪਿੱਛੇ ਪੈ ਗਈ, ਅਸੀਂ ਨੱਸ ਕੇ ਕਰਾਚੀ ਚਲੇ ਗਏ। ਮੈਂ ਉਦੋਂ ਨਿੱਕਾ ਜਿੰਨਾ ਸਾਂ, ਤੀਜੀ ਚੌਥੀ 'ਚ ਪੜ੍ਹਦਾ ਸਾਂ, ਅੱਬੇ ਉੱਥੇ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ, ਰਾਤ ਨੂੰ ਖਬਰੇ ਕੀ ਹੋ ਜਾਂਦਾ, ਸਾਸੂ ਸੁੱਤਾ ਸੁੱਤਾ ਚੀਕਾਂ ਮਾਰਨ ਲੱਗ ਪੈਂਦਾ ਸੀ ਅਤੇ ਖਬਰੇ ਕੀ ਕੁਝ ਬੋਲਣ ਲੱਗ ਪੈਂਦਾ ਸੀ। ਮੇਰੀ ਅੰਮੀ ਬਹੁਤ ਵਕਤਾਂ ਨਾਲ ਸਾਂਭਦੀ ਹੁੰਦੀ ਸੀ ਉਹਨੂੰ, ਬਸ ਉਦੋਂ ਹੀ ਕਿਧਰੋਂ ਪਾਊਡਰ ਲੱਗਾ ਮੇਰੇ ਅੱਬੇ ਨੂੰ, ਕੰਮ ਕਾਰ ਸਾਰਾ ਛੁੱਟ ਗਿਆ ਅਤੇ ਅਸੀਂ ਸਾਰਾ ਟੱਬਰ ਹੱਥ ਲਮਕਾਉਂਦੇ ਲਾਹੌਰ ਪਰਤ ਆਏ। ਲਾਲੀ ਚੁੱਪ ਕਰ ਗਈ। ਮੈਂ ਆਪਣੀ ਥਾਂ ਉੱਠਿਆ ਅਤੇ ਬਾਥਰੂਮ ਮੈਂ ਚਲਾ ਗਿਆ, ਕਵੇਲਾ ਚੋਖਾ ਹੀ ਹੋ ਗਿਆ ਸੀ, ਮੂੰਹ ਹੱਥ ਧੋ ਕੇ ਵਾਲਾਂ 'ਚ ਕੰਘੀ ਫੇਰ ਕੇ ਮੈਂ ਬੰਨੇ ਨਿਕਲਿਆ ਅਤੇ ਲਾਲੀ ਵੀ ਜਾਣ ਨੂੰ ਤਿਆਰੀ ਕੱਸੀ ਬੈਠਾ ਸੀ। ਮੈਂ ਉਹਨੂੰ ਛੁੱਟੀ ਦੇ ਦਿੱਤੀ ਅਤੇ ਆਪ ਦਫ਼ਤਰ ਬੰਦ ਕਰਕੇ ਸਕੂਟਰ 'ਤੇ ਚੜ੍ਹ ਬੈਠਾ ਘਰ ਜਾਣ ਲਈ, ਪਰ ਘਰ ਜਾਣ ਨੂੰ ਮੇਰਾ ਰੂਹ ਨਾ ਕੀਤਾ। ਪਹਿਲਾਂ ਤਾਂ ਮੈਂ ਉਰਾਂ ਪਰਾਂ ਸੜਕਾਂ ਕੱਛਦਾ ਰਿਹਾ, ਫਿਰ ਕੰਪਨੀ ਬਾਗ ਟੁਰ ਗਿਆ। ਗਰਮੀਆਂ ਹੋਣ ਕਰਕੇ ਬਾਗ ਦੀ ਢੇਰ ਰੌਣਕ ਸੀ, ਸੜਕਾਂ ਉੱਤੇ ਜੱਥਿਆਂ ਦੇ ਜੱਥੇ ਜਨਾਨੀਆਂ ਬੰਦੇ ਫਿਰਦੇ ਪਏ ਸਨ, ਘਾਹ ਦੇ ਤਖ਼ਤੇ ਵੀ ਉਂਝੀ ਟੋਲੀਆਂ ਨਾਲ ਭਰੇ ਹੋਏ ਸਨ, ਨਿੱਕੇ ਨਿੱਕੇ ਬਾਲ ਹਰ ਪਾਸੇ ਕਲਕਾਰੀਆਂ ਮਾਰਦੇ ਨਸੇ ਭਜੇ ਫਿਰਦੇ ਪਏ ਸਨ। ਮੈਂ ਕਿਸੇ ਵਿਹਲੀ ਨੁੱਕਰ ਦੀ ਭਾਲ ਹੀ ਸਾਂ, ਪਰ ਅਜਿਹੀ ਨੁੱਕਰ ਕੋਈ ਵਿਖਾਲੀ ਹੀ ਨਹੀਂ ਸੀ ਪੀ ਦਿੰਦੀ। ਅਖੀਰ ਮੈਂ ਬਾਗ ਵਿੱਚ ਬਣੀ ਹੋਈ ਮਿੱਟੀ ਦੀ ਪਹਾੜੀ ਉੱਤੇ ਚੜ੍ਹ ਗਿਆ। ਲਾਈਟਾਂ ਬੰਦ ਹੋਣ ਕਰਕੇ ਇੱਥੇ ਵਾਹਵਾ ਅਮਨ ਅਮਾਨ ਸੀ, ਟਾਵੀਂ ਟਾਵੀਂ ਕੋਈ ਜੋੜੀ ਹਨੇਰੇ 'ਚ ਬੈਠੀ ਵਿਖਾਲੀ ਦਿੰਦੀ ਸੀ, ਹੋਰ ਕਿਸੇ ਕਿਸਮ ਦਾ ਕੋਈ
ਭੀੜ ਭੜਕਾ ਨਹੀਂ ਸੀ। ਮੈਂ ਇੱਕ ਵਿਹਲੇ ਬੈਂਚ ਉੱਤੇ ਜਾ ਬੈਠਾ। ਹੁਮ ਤਾਂ ਇੱਥੇ ਵੀ ਹੈ ਸੀ ਪਰ ਥੱਲੇ ਤੋਂ ਕੁਝ ਘੱਟ। ਹਵਾ ਚੱਲਦੀ ਤਾਂ ਉੱਚੀ ਥਾਂ ਆਉਣ ਪਰੋਂ ਕੋਈ ਕੋਈ ਬੁੱਲਾ ਪਿੰਡੇ ਨੂੰ ਸਾਹ ਜ਼ਰੂਰ ਕੱਤ ਜਾਂਦਾ। ਮੈਂ ਬੈਂਚ ਉੱਤੇ ਲੰਮਾ ਪੈ ਗਿਆ। ਦੋਵੇਂ ਬਾਹਾਂ ਮੈਂ ਆਪਣੀਆਂ ਅੱਖਾਂ ਉੱਤੇ ਧਰ ਲਈਆਂ। ਮੈਨੂੰ ਆਪਣੀ ਜ਼ਿੰਦਗੀ ਦੇ ਉਹ ਦਿਹਾੜੇ ਚੇਤੇ ਆ ਗਏ ਜਦੋਂ ਮੈਂ ਸਜਰਾ ਨੌਕਰੀਓਂ ਬਰਖਾਸਤ ਹੋਇਆ ਸਾਂ। ਨੌਕਰੀਓਂ ਬਰਖਾਸਤ? ਆਹੋ ਜੀ, ਤਖ਼ਤ ਉੱਤੇ ਜਰਨੈਲ ਚੜ੍ਹ ਬੈਠਾ ਸੀ ਜੁੱਤੀ ਬਦਲਿਓਂ ਬਿਨਾਂ। ਹੁਕਮ ਨਿਕਲ ਆਏ ਵੀ ਕਿਸੇ ਤਰ੍ਹਾਂ ਦੀ ਸਿਆਸਤਬਾਜ਼ੀ ਨਾ ਚੱਲਣ ਦਿਓ। ਸਾਰੇ ਮਹਿਕਮਿਆਂ ਨੇ ਹੁਣ ਆਪਣੇ ਆਪਣੇ ਹਿਸਾਬ ਨਾਲ ਸਿਆਸਤਬਾਜ਼ੀ ਨੂੰ ਠੱਲਣਾ ਸੀ। ਅਸਾਂ ਅਖਬਾਰਾਂ ਰਸਾਲਿਆਂ ਅਤੇ ਕਿਤਾਬਾਂ ਦੀ ਭਾਰਤ ਕਰਨੀ ਸੀ ਭਈ ਇਹਨਾਂ ਵਿੱਚ ਕਿਸੇ ਬੰਨਿਓਂ ਕਿਸੇ ਵੰਨ ਦੀ ਵੀ ਸਿਆਸਤਬਾਜ਼ੀ ਨਾ ਵੜੇ। ਦਿਨ ਭਰ ਰਾਤ ਅਸੀਂ ਇਸੇ ਆਰੇ ਰੁਝੇ ਰਹਿੰਦੇ ਪਰ ਇਹ ਕਿਤਾਬਾਂ ਰਸਾਲਿਆਂ ਵਾਲੇ ਬੜੇ ਬਦਮਾਸ਼ ਲੋਕ ਹੁੰਦੇ ਨੇ। ਮਾਫ਼ ਕਰਨਾ, ਮੈਂ ਆਪ ਵੀ ਇਸੇ ਕੰਮ 'ਚ ਹਾਂ। ਮੇਰੇ ਸਣੇ ਕੋਈ ਨਾ ਕੋਈ ਅੱਖਰ ਪਾਈ ਜਾਂਦੇ ਉਹ ਜਿਹਾ ਸਾਡੇ ਲੱਖ ਨਿਗਰਾਨੀ ਕਰਦੀਆਂ। ਹੁਣ ਨਿੰਦਰ ਦਾ ਝੌਂਕਾ ਤਾਂ ਆ ਹੀ ਜਾਂਦਾ, ਬਸ ਉਹਨਾਂ ਕਿਸੇ ਅਜਾਇਬ ਪਾ ਲਈ ਹੱਥ ਵਿਖਾ ਜਾਣਾ ਅਤੇ ਫਿਰ ਸਾਡੀਆਂ ਪੁੱਛ ਪੜਤਾਲਾਂ ਚਾਲੂ ਹੋ ਜਾਂਦੀਆਂ। ਫਿਰ ਤੁਹਾਨੂੰ ਪਤਾ ਹੀ ਹੈ, ਜਿਹੜੇ ਕੰਮ ਦੀ ਸਰਕਾਰ ਵੱਲੋਂ ਮਨਾਹੀ ਹੋ ਜਾਵੇ ਉਹਦਾ ਭਾਅ ਵੀ ਚੜ੍ਹ ਜਾਣਾ ਹੁੰਦਾ। ਸਿਆਸਤਬਾਜ਼ੀ ਦੀ ਮਨਾਹੀ ਸੀ, ਭਾਅ ਚੜ੍ਹ ਗਿਆ। ਅਖਬਾਰਾਂ ਰਸਾਲਿਆਂ ਅਤੇ ਕਿਤਾਬਾਂ ਵਾਲਿਆਂ ਸਾਡੇ ਜਿਹੇ ਕੀਰੇ ਬੰਦਿਆਂ ਨੂੰ ਅਗਲ ਵੰਡੀ ਹੋ ਕੇ ਮਿਲਣਾ, ਸੌ ਸੌ ਖਾਤਰਾਂ ਕਰਨੀਆਂ, ਲੋੜਾਂ ਥੋੜ੍ਹਾਂ ਦਾ ਪੁੱਛਦਿਆਂ ਰਹਿਣਾ। ਲੋੜਾਂ ਥੋੜ੍ਹਾਂ ਤਾਂ ਫਿਰ ਹੁੰਦੀਆਂ ਹੀ ਨੇ। ਬੱਚੇ ਪੜ੍ਹਦੇ ਪਏ ਸਨ, ਵੱਡਾ ਪੁੱਤਰ ਉਦੋਂ FSC ਪਿਆ ਕਰਦਾ ਸੀ, ਚਾਹੁੰਦਾ ਸਾਂ ਅੱਗੇ ਨਿਕਲੇ, ਸਾਡੇ ਵਾਂਗ ਦਫ਼ਤਰਾਂ 'ਚ ਧੱਕੇ ਖਾਂਦਾ ਨਾ ਫਿਰੇ, ਇੰਜੀਨੀਅਰ ਬਣ ਜਾਏ, ਸਾਡੀ ਤਾਂ ਲੰਘ ਹੀ ਜਾਣੀ ਹੈ, ਆਪਣੀ ਭਲਕ ਸੰਵਾਰ ਲਵੇ। ਬਸ ਇਹਨਾਂ ਸੋਚਾਂ 'ਚ ਹੀ ਮੇਰੀ ਪ੍ਰਵਾਨਗੀ ਨਾਲ ਇੱਕ ਕਿਤਾਬ ਛਪ ਗਈ। ਜਰਨੈਲ ਦੀ ਵਾਹਵਾ ਹੀ ਕੰਨੇ ਛਿੱਕੀ ਹੋਈ ਸੀ ਲਿਖਣ ਵਾਲੇ ਨੇ। ਛਪੀ ਤਾਂ ਸਿੱਧੀ ਉਤਾਂਹ ਦੀ ਉਤਾਂਹ ਨਿਕਲ ਗਈ, ਇਨਕੁਆਇਰੀਆਂ ਬਹਿ ਗਈਆਂ, ਸਾਈਆਂ ਆ ਲੱਪਿਆ, ਮੈਨੂੰ ਸਜ਼ਾ ਹੋ ਜਾਣੀ ਸੀ। ਸੈਕਟਰੀ ਸਾਹਿਬ ਨੂੰ ਡਿਪਾਰਟਮੈਂਟ ਦੀ ਖੁਨਾਮੀ ਦਾ ਖਿਆਲ ਆ ਗਈ। ਜਰਨੈਲ ਦੇ ਤਕਰੀਰਾਂ ਲਿਖਣ ਵਾਲੇ ਬ੍ਰਿਗੇਡੀਅਰ ਸਾਹਿਬ ਨੂੰ ਜਾ ਕੇ ਮਿਲੇ। ਢੇਰ ਭੱਜ ਨਸ ਪਿੱਛੋਂ ਇੱਥੇ ਮੁੱਕੀ ਵੀ ਮੈਂ ਆਪਣੀ ਗਫਲਤ ਮੰਨ ਲਵਾਂ ਅਤੇ ਲਿਖ ਕੇ ਦੇ ਦਿਆਂ। ਰਾਹ ਵੀ ਇਹੋ ਹੀ ਸੀ, ਮੈਂ ਲਿਖ ਕੇ ਦੇ ਦਿੱਤਾ। ਮੈਨੂੰ ਸਜ਼ਾ ਤਾਂ ਨਾ ਹੋਈ, ਨੌਕਰੀਓਂ ਫਾਰਗ ਕਰ ਦਿੱਤੋ ਨਾ, ਕੁਝ ਮਾੜੇ ਮੋਟੇ ਪੈਸੇ ਵੀ ਲੱਭ ਗਏ। ਮੈਂ ਘਰ ਬਹਿ ਗਿਆ, ਉੜਕ ਉਸੇ ਕਿਤਾਬਾਂ ਵਾਲਿਆਂ ਨੂੰ ਜਾ ਕੇ ਮਿਲਿਆ, ਗੱਲ ਕੀਤੀ, ਉਹਨੇ ਮੈਨੂੰ ਰੱਖ ਲਿਆ। ਅੱਜ ਫਜ਼ਲੇ ਰੱਬੀ ਏ, ਨੌਕਰੀ ਤੋਂ ਜੋ ਕੁਝ ਖੱਟਿਆ ਕਮਾਇਆ ਉਹਦੇ ਨਾਲ ਅੱਜ ਮੈਂ ਭਾਈਵਾਲੀ ਉੱਤੇ ਇਹ ਨਿੱਕਾ ਜਿਹਾ ਪਰ ਆਪਣਾ ਧੰਦਾ ਪਿਆ ਕਰਨਾ। ਪੁੱਤਰ ਮੇਰਾ ਇੰਜੀਨੀਅਰ ਬਣ ਗਿਆ, ਕੋਈ ਮੇਰੇ ਸਿਰਾਣੇ ਖਲੋਤਾ ਸੀਟੀਆਂ ਪਿਆ ਵਜਾਉਂਦਾ ਸੀ। ਮੇਰੀ ਖਬਰੇ ਵਾਹਵਾ ਹੀ ਗੂੜੀ ਅੱਖ ਲੱਗ ਗਈ ਸੀ।